ਫਾਜ਼ਿਲਕਾ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਠੇਕੇ ਤੇ ਕੰਮ ਕਰ ਰਹੇ ਮੀਟਰ ਰੀਡਰਾਂ ਨੇ ਕੀਤੀ ਹੜਤਾਲ। ਕਿਹਾ ਜਦੋਂ ਤੱਕ ਨਹੀਂ ਮਿਲਦੀ ਸੈਲਰੀ ਉਦੋਂ ਤੱਕ ਨਹੀਂ ਕਰਾਂਗੇ ਕੰਮ। ਫਾਜ਼ਿਲਕਾ ਦੇ ਵਿੱਚ ਅੱਜ ਮੀਟਰ ਰੀਡਰਾਂ ਵੱਲੋਂ ਵੀ ਕੰਮ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਬੰਦੀ ਸੈਲਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 10 ਮਹੀਨਿਆਂ ਤੋਂ ਕੰਮ ਕੀਤਾ ਜਾ ਰਿਹਾ ਲੇਕਿਨ ਉਹਨਾਂ ਨੂੰ ਸੈਲਰੀ ਸਿਰਫ 6 ਮਹੀਨਿਆਂ ਦੀ ਹੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ 4 ਮਹੀਨਿਆਂ ਦੀ ਸੈਲਰੀ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ। ਜਦ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਟਾਲਮਟੋਲ ਕਰਦੇ ਹਨ, ਜਿਸ ਦੇ ਚੱਲਦੇ ਉਹਨਾਂ ਵੱਲੋਂ ਅੱਜ ਤੋਂ ਕੰਮ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਹੋਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦਾ ਉਦੋਂ ਤੱਕ ਉਹ ਕੰਮ ਨਹੀਂ ਕਰਨਗੇ ਅਤੇ ਕੰਮ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਜਾਵੇਗਾ। ਸਰ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ। ਮੈਂ ਐਜ਼ ਏ ਮੀਟਰ ਰੀਡਰ ਕੰਮ ਕਰ ਰਿਹਾ ਇਸ ਟਾਈਮ ਅਤੇ ਮੇਰੇ ਸਾਥੀ ਵੀ ਜਿਹੜੇ ਨੇ ਇਹ ਸਾਰੇ ਫਾਜ਼ਿਲਕਾ ਦੇ ਵਿੱਚ ਕੰਮ ਕਰਦੇ ਨੇ। PSPCL ਵੱਲੋਂ ਜਿਹੜਾ ਕੰਟਰੈਕਟ ਦਿੱਤਾ ਗਿਆ ਫਲਿੰਟ ਗ੍ਰਿਡ ਨੂੰ ਦਿੱਤਾ ਗਿਆ, ਅਸੀਂ ਉਹਨਾਂ ਦੀ ਜਿਹੜੀ ਰੀਡਿੰਗ ਕਰਦੇ ਹਾਂ ਮੀਟਰਾਂ ਦੀ ਲੋਕਾਂ ਦੇ ਘਰਾਂ 'ਚ ਜਿਹੜੇ ਅਸੀਂ ਪ੍ਰੋਵਾਈਡ ਕਰਾ ਕੇ ਦਿੰਦੇ ਹਾਂ ਬਿੱਲ ਵਗੈਰਾ। ਬਟ ਸਰ ਕੀ ਇਹ ਸਾਡਾ ਇੱਕ ਇਸ਼ੂ ਇਹ ਹੈ ਵੀ ਸਾਨੂੰ ਕਰੀਬ ਅੱਜ 10 ਮਹੀਨੇ ਹੋ ਗਏ ਨੇ ਇਸ ਕੰਪਨੀ ਦੇ ਅੰਡਰ ਕੰਮ ਕਰਦੇ ਨੂੰ ਜਿਹੜੀ ਕਿ ਫਲਿੰਟ ਗ੍ਰਿਡ ਹੈ। ਇਹਦੇ ਵਿੱਚ ਸਾਡੀ ਹੁਣ ਤੱਕ 10 ਮਹੀਨਿਆਂ ਦੀ ਸੈਲਰੀ ਬਣਦੀ ਹੈ ਜੀ। ਬਟ ਕੀ ਹੈ ਇਹਨਾਂ ਨੇ ਸਾਨੂੰ ਉਹਦੇ ਵਿੱਚ ਹਾਲੇ ਤੱਕ ਇਹ ਕਿਹਾ ਗਿਆ ਸੀ ਵੀ ਤੁਹਾਡੀ 1 ਮਹੀਨੇ ਦੀ ਅਸੀਂ ਜਿਹੜੀ ਸੈਲਰੀ ਹੈ ਉਹ ਅਸੀਂ ਹੋਲਡ ਕਰਕੇ ਰੱਖਾਂਗੇ ਐਜ਼ ਏ ਸਿਕਿਉਰਿਟੀ ਦੇ ਤੌਰ 'ਤੇ ਜਿਹੜੇ ਤੁਹਾਨੂੰ ਅਸੀਂ ਪ੍ਰਿੰਟਰ ਪ੍ਰੋਵਾਈਡ ਕਰਾ ਕੇ ਦਿੱਤੇ ਨੇ। ਉਸ ਤੋਂ ਇਲਾਵਾ ਸਾਡੀਆਂ 9 ਸੈਲਰੀਆਂ ਬਣਦੀਆਂ ਜਿਹੜੀਆਂ ਕਿ ਅੱਜ ਤੱਕ ਸਾਨੂੰ ਸਿਰਫ 6 ਸੈਲਰੀਆਂ ਮਿਲ ਚੁੱਕੀਆਂ ਨੇ, ਬਾਕੀ ਦੀਆਂ ਸੈਲਰੀਆਂ ਉਹਨਾਂ ਵੱਲੋਂ ਪ੍ਰੋਵਾਈਡ ਕਰਾ ਕੇ ਨਹੀਂ ਦਿੱਤੀਆਂ ਜਾਂਦੀਆਂ। ਡਿਲੇ 'ਤੇ ਡਿਲੇ ਹੁੰਦਾ, ਕੋਈ ਫਿਕਸ ਡੇਟ ਨਹੀਂ। ਪਲੱਸ ਇਹਨਾਂ ਨੇ ਅੱਜ ਤੱਕ ਸਾਡਾ 8-9 ਮਹੀਨੇ ਜਾਂ 10 ਮਹੀਨੇ ਸਾਡੇ ਜੋ ਅਪਰੋਕਸੀਮੇਟ ਬਣਦੇ ਆ ਉਹਨਾਂ ਦਾ ਹਾਲੇ ਤੱਕ ਕੋਈ ਵੀ EPF ਜਮ੍ਹਾਂ ਨਹੀਂ ਕਰਵਾਇਆ ਗਿਆ, ਨਾ ਹੀ ਕੋਈ ESI ਸਾਡੇ 'ਤੇ ਹੈ। ਅਸੀਂ ਹੁਣ ਜਾ ਕੇ ਫੀਲਡ 'ਚ ਕੰਮ ਕਰਨੇ ਹਾਂ, ਉੱਥੇ ਕਿਸੇ ਬਕਸੇ ਦੇ ਵਿੱਚ ਕਰੰਟ ਹੈ ਜਾਂ ਕਿੱਥੇ ਅਸੀਂ ਕੋਈ ਸਾਨੂੰ ਕਰੰਟ ਲੱਗ ਜਾਂਦਾ ਜਾਂ ਸਾਡੇ ਨਾਲ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਉਹਦੇ ਵਾਸਤੇ ਰਿਸਪੋਂਸੀਬਲ ਕੌਣ ਹੈ? ਸਾਨੂੰ ਜਦੋਂ ਵੀ ਜਾਂਦਾ ਵੀ ਇੱਕ ਲਾਰਾ ਲਾ ਦਿੱਤਾ ਜਾਂਦਾ, ਫਲਾਣੀ ਤਰੀਕ ਸੰਦੀਪ ਸ਼ਰਮਾ ਜੀ ਆਏ ਸੀ ਸਾਡੇ ਪ੍ਰੋਜੈਕਟ ਹੈੱਡ, ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਤੁਹਾਨੂੰ ਫਲਾਣੇ ਦਿਨ ਸੈਲਰੀ ਮਿਲ ਜਾਏਗੀ। ਬਟ ਉਹ ਕਰਦੇ ਕਰਦੇ ਵੀ ਅੱਜ ਕਰੀਬ ਕੱਲ੍ਹ ਆਈ ਹੈ ਸੈਲਰੀ, ਉਹ ਵੀ 1 ਮੰਥ ਦੀ, ਕਰੀਬ 22 ਦਿਨਾਂ ਦੇ ਬਾਅਦ। ਸਾਡੇ ਲਈ ਹੁਣ ਇਹ ਵਾਲੇ ਚੀਜ਼ ਨੂੰ ਹੈਂਡਲ ਕਰਨਾ ਬਹੁਤ ਔਖਾ ਹੋ ਗਿਆ, ਕਿਉਂਕਿ ਤੁਸੀਂ ਵੀ ਜਾਣਦੇ ਹੋ ਪਿੱਛੋਂ ਜਿਵੇਂ COVID-19 ਦਾ ਟਾਈਮ ਰਿਹਾ, ਉਹ ਵੀ ਅਸੀਂ ਬੜੀ ਮੁਸ਼ਕਲ ਨਾਲ ਅਗਰ ਸਰਵਾਈਵ ਕੀਤਾ। ਸਾਡੀਆਂ ਉਹ ਵੀ ਸੈਲਰੀਆਂ ਹੱਲੇ ਉਹ ਕੁਜ਼ਾਈਨ ਦੇ ਟਾਈਮ ਦੀਆਂ ਸਾਡੀਆਂ ਰਹਿੰਦੀਆਂ, ਪਰ ਸਾਨੂੰ ਇਹ ਵਾਲਾ ਕਿਉਂ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ? ਸਾਨੂੰ ਪਲੀਜ਼ ਇਹ ਵਾਲਾ ਚੀਜ਼ ਦਾ ਸਾਡਾ ਹੱਲ ਕਰਵਾਇਆ ਜਾਵੇ। ਸਾਡੇ ਵੱਲੋਂ ਜਦੋਂ ਕੰਮ ਬੰਦ ਕਰ ਦਿੱਤਾ ਜਾਂਦਾ ਤਾਂ ਸਾਡੇ ਇੱਕ ਸਾਨੂੰ ਜਦੋਂ ਉਦੋਂ ਉਸ ਟਾਈਮ ਸੰਦੀਪ ਸ਼ਰਮਾ ਜੀ ਆਏ ਸੀ, ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਤੁਹਾਨੂੰ ਕੋਈ ਵੀ ਦਿੱਕਤ ਆਵੇ, ਤੁਸੀਂ ਕੋਈ ਵੀ ਮੈਸੇਜ ਕਨਵੇ ਕਰਨਾ ਹੋਵੇ ਤਾਂ ਮਿਸਟਰ ਰਜਿੰਦਰ ਜੀ ਨੂੰ ਉਹਨਾਂ ਨੇ ਅਪੁਆਇੰਟ ਕੀਤਾ ਸੀ ਵੀ ਤੁਸੀਂ ਇਹਨਾਂ ਦੇ ਥਰੂ ਸਾਨੂੰ ਮੈਸੇਜ ਕਨਵੇ ਕਰਿਆ ਜੀ। ਅਸੀਂ ਮੈਸੇਜ ਕਨਵੇ ਕੀਤਾ ਬਟ ਸੈਲਰੀ ਸਾਡੀ ਉਵੇਂ ਪ੍ਰੋਪਰਲੀ ਟਾਈਮ ਦੇ ਨਹੀਂ ਆਈ। ਉਸ ਤੋਂ ਬਾਅਦ ਉਹਨਾਂ ਨੇ ਸੁਨੀਲ ਜੀ ਨਾਲ ਗੱਲ ਹੋਈ ਹੈ ਬਠਿੰਡੇ, ਉਹਨਾਂ ਨੇ ਆਖਿਆ ਵੀ ਦੱਸੋ ਕਿਹੜੇ ਕੰਮ ਕਰਦੇ ਨੇ ਕਿਹੜੇ ਨਹੀਂ ਕਰਦੇ, ਅਤੇ ਉਹਨਾਂ ਨੇ ਆਖਿਆ ਵੀ ਸਾਨੂੰ ਐਕਸ਼ਨ ਸਾਹਿਬ ਨੇ ਆਖਿਆ ਵੀ ਜੋ ਵੀ ਐਕਸ਼ਨ ਲੈਣਾ ਕਰਨਾ ਤਾਂ ਤੁਸੀਂ ਲਵੋ ਐਕਸ਼ਨ ਇਹਨਾਂ ਦੇ। ਕਿੰਨੇ ਤੁਸੀਂ ਇੱਥੇ ਰੀਡਰ ਕੰਮ ਕਰਦੇ ਹੋ? ਅਸੀਂ 19 ਜਣੇ ਹਾਂ ਜੀ। ਅੱਛਾ ਜੀ, ਅਤੇ 19 ਜਣਿਆਂ ਨੂੰ ਏਰੀਆ ਕਿੰਨਾ ਮਿਲਿਆ ਹੋਇਆ? ਏਰੀਆ ਸਰ ਖੂਈ ਖੇੜੇ ਤੋਂ ਅੱਗੇ ਜਾ ਕੇ ਅਬੋਹਰ ਤੱਕ ਲੱਗ ਜਾਂਦਾ ਜੀ, ਇੱਧਰੋਂ ਲਾਧੂਕਾ ਤੋਂ ਦੇਖੀਏ ਤਾਂ ਜਾ ਕੇ ਮੁਕਤਸਰ ਦੇ ਨੇੜੇ ਲੱਗ ਜਾਂਦਾ ਜੀ, ਅਤੇ ਉੱਧਰੋਂ ਘੁਬਾਏ ਤੱਕ ਲੱਗ ਜਾਂਦਾ ਜੀ ਏਰੀਆ। ਅਤੇ ਇਨਸੈਂਟਿਵ ਮਿਲਦਾ ਤੁਹਾਨੂੰ ਕੋਈ? ਸਰ ਕੋਈ ਇਨਸੈਂਟਿਵ ਨਹੀਂ। ਜਦੋਂ ਕਿ ਸੰਦੀਪ ਸ਼ਰਮਾ ਜੀ ਦੇ ਇੱਕ ਯੂਟਿਊਬ 'ਤੇ ਵੀਡੀਓ ਆਈ ਸੀ ਜੀ ਸਰ, ਉਹਦੇ 'ਚ ਇਹ ਕਿਹਾ ਸੀ ਅਸੀਂ DC ਰੇਟ ਦੇਵਾਂਗੇ, ਜਦੋਂ ਕਿ DC ਰੇਟ ਵਾਲਾ ਕੋਈ ਵੀ ਨਹੀਂ ਹੈਗਾ। ਤੁਸੀਂ ਸਾਡੇ ਅਕਾਊਂਟ ਸਟੇਟਮੈਂਟ ਚੈੱਕ ਕਰ ਸਕਦੇ ਹੋ, ਉੱਥੋਂ ਦੀ ਤੁਸੀਂ ਡਾਟਾ ਲੈ ਕੇ ਵੀ ਇਹਨਾਂ ਨੇ ਕਿੰਨਾ ਮੀਟਰ ਕੱਢਿਆ ਉਹਦੇ ਅਕੋਰਡਿੰਗ ਕਿੰਨੀ ਸੈਲਰੀ ਆਈ ਹੈ। 3 ਰੁਪਏ ਕੁਛ ਕੁ ਬਣਦਾ ਜੀ, 3 ਰੁਪਏ 10 ਪੈਸੇ ਦੇ ਅਕੋਰਡਿੰਗ ਹੀ ਬਣਦਾ ਜੀ। ਅੱਛਾ ਜੀ, ਜੇ DC ਰੇਟ ਵੇਖਿਆ ਜਾਵੇ ਤਾਂ ਕਮ ਸੇ ਕਮ ਵੀ 8700 ਦੇ ਕਰੀਬ ਸੈਲਰੀ ਬਣ ਗਈ ਹੈ ਅੱਜ ਦੇ। ਅਤੇ ਮਿਲ ਕਿੰਨੀ ਰਹੀ ਹੈ ਜੀ? 5000-6000 ਮਿਲਦੀ ਹੈ ਬਸ, ਮੈਕਸਿਮਮ ਆਉਂਦੀ 8000 ਦੇ ਕਰੀਬ ਔਰ ਮਿਨੀਮਮ 3000 ਵੀ ਬਣਦੀ ਹੈ, ਕਿਸੇ ਦੀ 3500 ਵੀ ਆਉਂਦੀ ਹੈ ਜੀ। ਅੱਛਾ, ਹੁਣ ਕੀ ਤੁਹਾਡੀ ਮੰਗ ਕੀ ਹੈ? ਕਿ ਸਾਨੂੰ ਸੈਲਰੀ ਟਾਈਮ ਤੇ ਦਵਾਈ ਜਾਵੇ, ਤੇ ਦੂਸਰਾ ਸਾਡੇ ਜੋ 8 ਮਹੀਨੇ ਦਾ ਮਤਲਬ EPF ਵਗੈਰਾ ES ਵਗੈਰਾ ਸਾਨੂੰ ਜਮ੍ਹਾਂ ਕਰਾਇਆ ਜਾਵੇ। ਉਹ ਤੀਸਰਾ ਜੇ ਮੰਨ ਲਓ ਇਹਨਾਂ ਨੇ ਜਿੱਦਾਂ ਆਪਣੇ ਸੰਦੀਪ ਜੀ ਨੇ ਕਿਹਾ ਸੀ, ਜਿਵੇਂ ਕੰਪਨੀ ਜੀ ਸੰਦੀਪ ਜੀ ਨੇ ਜੋ ਕਿਹਾ ਸੀ ਕਿ ਅਸੀਂ DC ਰੇਟ ਮੁਤਾਬਕ ਦੇ ਰਹੇ ਹਾਂ,
मतलब उन्होंने किसी गलत ही किया चीज़ जो डीसी रेट बनते सन वो मुताबिक दवाया जाए जी। उन्होंने बकायदा वीडियो आई हुई है जी सोशल मीडिया के उत्ते उन्होंने बकायदा किया उन्होंने खुद बयान से वो ये चीज़ कहते पे थे कि डीसी रेट इन्हों दिता जा रहा ये कुछ नहीं है। हाँ जी बकायदा कंपनी ने पहला क्या होया भी असी ई पी एफ वगैरह जमा करा रहे हैं पर सानू अजे तक कोई ई पी एफ अजे तक कोई शो नहीं किया साडे अकाउंट दे विच ते बाकी ना डीसी रेट सानू वीडियो च कहा पर साडे अजे तक भी सानू 6,5500 तो तनखा वध कदी नहीं आएगी। एक होर गल कहनी चाहना कल ये गल हुई सी मेरी सुनील जी नाल उन्होंने मैंने यही कहा कि सानू साडे बिल नहीं पास होंगे असी ये करके सैलरी तुहाडी डिले होंगी है और फिर मैं चलो यही कहा भी जो 10 अगली सैलरी कदों दोगे उन्होंने मैंने पहला कहा भी 10 तरीक तक असं दे देंगे जे बिल पास होंगे है जे नहीं आते तो कोई फिक्स टाइम नहीं इट मीन मतलब असी तो कम कर लिया जी उन्होंने असं तो कम किया फिर उन्होंने ये भी एक्शन साहब ने यह किया कि जे मुंडे काम नहीं करते तो इन्हें एक्शन लो तो जबकि एक्शन साहब को असं जिनी बार गए वो कहें मेरा कोई ये लेना देना नहीं मैं तो सिर्फ कह सकता उन्होंने ये एक दूसरे के उपर सट रहे क्यों मतलब साडा किसी को भी नहीं असं कि मतलब अंडर आने अगे की रणनीति रहेगी हम थोड़ी अगे की जब तक जी कोई सू ठोस मतलब कि रिटर्न के नहीं देंगे सैलरी बारे या कुछ भी है कम बंद कम बंद है बिल्कुल कम बंद है पूरी उस तरह का कोई भी नुकसान है साड़ी किसी डिपार्टमेंट की कंपनी जिम्मेवार है जी ਸਾਡਾ ਕੋਈ ਉਹਦੇ ਵਿੱਚ ਕੋਈ ਲਿੰਕ ਨਹੀਂ ਹੈ ਮਤਲਬ ਤੁਸੀਂ ਜਿੰਨੇ ਵੀ ਕਰਮਚਾਰੀ ਮੀਟਰ ਰੀਡਿੰਗ ਕਰਦੇ ਹੋ ਉਹਨਾਂ ਰੀਡਿੰਗ ਨਹੀਂ ਕਰੋਗੇ ਨਹੀਂ ਕਰੋਗੇ ਜਿੰਦਰ ਪ੍ਰੋਪਰ ਸਾਡੀ ਸੈਲਰੀ ਨਹੀਂ ਆਂਦੀ ਈਪੀਐਫ ਨਹੀਂ ਜਮਾ ਹੁੰਦਾ ਜੋ ਸਾਡੀ ਬਕਾਇਆ ਸੈਲਰੀ ਹੈ ਉਹ ਸਾਨੂੰ ਪ੍ਰੋਵਾਈਡ ਕਰਾਉਂਦੇ ਔਰ ਜੇ ਇਹਦੇ ਵਿੱਚ ਜੇ ਕਿਸੇ ਨੂੰ ਇਸ ਮਤਲਬ ਕਿ ਜੋ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਜੇ ਇਹਦੇ ਵਿੱਚ ਕਿਸੇ ਨੂੰ ਰਿਮੂਵ ਕੀਤਾ ਜਾਂਦਾ ਤਾਂ ਉਹਦਾ ਫਿਰ ਜ਼ਿੰਮੇਵਾਰੀ ਹੋ ਗਿਆ ਅਸੀਂ ਕੋਈ ਵੀ ਨਹੀਂ ਕੰਮ ਕਰਾਂਗੇ ਮਤਲਬ ਸਿਰਫ ਇਸ ਕਰਕੇ ਡਿਪਾਰਟਮੈਂਟਲ ਚਾਹੂਗਾ ਉਹਦਾ ਕੋਈ ਸਾਥੀ ਮੰਨ ਲਓ ਤੁਸੀਂ ਆਪਣੇ ਹੱਕ ਮੰਗਣ ਕਰਕੇ ਸਾਨੂੰ ਕਿਸੇ ਨੂੰ ਐਕਸ਼ਨ ਲਿਆ ਜਾਂਦਾ ਰਿਮੂਵ ਕੀਤਾ ਜਾਂਦਾ ਮਤਲਬ ਇੱਕ ਹੱਕ ਮੰਗਣ ਕਰਕੇ ਜੇ ਕਰਨਗੇ ਤਾਂ ਫਿਰ ਕੋਈ ਵੀ ਮਤਲਬ ਸਭ ਆਪਣੇ ਕੋਈ ਪਿੱਛੇ ਨਹੀਂ ਹਟੂ।